ਘਰ ਚ ਵੜਿਆ ਚੋਰਾਂ ਦਾ ਝੁੰਡ, ਅੰਦਰ ਵੜ ਕੇ ਕੀਤੀ ਵਾਰਦਾਤ। ਸੀਸੀਟੀਵੀ ਚ ਕੈਦ ਹੋਏ 6 ਤੋਂ 7 ਚੋਰ। ਤਾਂ ਦੱਸ ਦਈਏ ਕਿ ਤਸਵੀਰਾਂ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਘਰ ਦੇ ਵਿੱਚ ਚੋਰਾਂ ਦਾ ਇੱਕ ਝੁੰਡ ਵੜ ਜਾਂਦਾ, ਜਿਸ ਦੇ ਵਿੱਚ 6 ਤੋਂ 7 ਚੋਰ ਹੁੰਦੇ ਨੇ। ਤਾਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਰੀਬ 1 ਘੰਟੇ ਤੱਕ ਇਸਦੇ ਘਰ ਦੇ ਅੰਦਰ ਹੀ ਘੁੰਮਦੇ ਰਹਿੰਦੇ ਨੇ। ਤਾਂ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਇਹ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਨੇ, ਜਿਸ ਤੋਂ ਬਾਅਦ ਇਹ ਘਰ ਦੇ ਵਿੱਚ ਖੜੀ ਬਾਈਕ ਅਤੇ ਸਕੂਟੀ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਇਸ ਗੱਲ ਦਾ ਪਤਾ ਪਰਿਵਾਰ ਨੂੰ ਲੱਗਦਾ ਹੈ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਨੇ, ਅਤੇ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਜਿਵੇਂ ਹੀ ਸੀਸੀਟੀਵੀ ਕੈਮਰੇ ਵੇਖੇ ਜਾਂਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ। ਤਾਂ ਕਿਸ ਤਰੀਕੇ ਦੇ ਨਾਲ ਬੇਖੌਫ ਇਹ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ, ਅਤੇ ਫਿਰ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਖੜੀ ਬਾਈਕ ਅਤੇ ਸਕੂਟੀ ਨੂੰ ਚੋਰੀ ਕੀਤਾ ਜਾਂਦਾ ਹੈ, ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਰ 'ਚ ਵੜਿਆ ਚੋਰਾਂ ਦਾ ਝੁੰਡ, ਅੰਦਰ ਵੜ ਕੇ ਕੀਤੀ ਵਾਰਦਾਤ। ਸੀਸੀਟੀਵੀ 'ਚ ਕੈਦ ਹੋਏ 6 ਤੋਂ 7 ਚੋਰ। ਤਾਂ ਦੱਸ ਦਈਏ ਕਿ ਤਸਵੀਰਾਂ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਘਰ ਦੇ ਵਿੱਚ ਚੋਰਾਂ ਦਾ ਇੱਕ ਝੁੰਡ ਵੜ ਜਾਂਦਾ, ਜਿਸ ਦੇ ਵਿੱਚ 6 ਤੋਂ 7 ਚੋਰ ਹੁੰਦੇ ਨੇ। ਤਾਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਰੀਬ 1 ਘੰਟੇ ਤੱਕ ਇਸਦੇ ਘਰ ਦੇ ਅੰਦਰ ਹੀ ਘੁੰਮਦੇ ਰਹਿੰਦੇ ਨੇ। ਤਾਂ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਇਹ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਨੇ, ਜਿਸ ਤੋਂ ਬਾਅਦ ਇਹ ਘਰ ਦੇ ਵਿੱਚ ਖੜੀ ਬਾਈਕ ਅਤੇ ਸਕੂਟੀ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਇਸ ਗੱਲ ਦਾ ਪਤਾ ਪਰਿਵਾਰ ਨੂੰ ਲੱਗਦਾ ਹੈ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਨੇ, ਅਤੇ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਜਿਵੇਂ ਹੀ ਸੀਸੀਟੀਵੀ ਕੈਮਰੇ ਵੇਖੇ ਜਾਂਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ। ਤਾਂ ਕਿਸ ਤਰੀਕੇ ਦੇ ਨਾਲ ਬੇਖੌਫ ਇਹ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ, ਅਤੇ ਫਿਰ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਖੜੀ ਬਾਈਕ ਅਤੇ ਸਕੂਟੀ ਨੂੰ ਚੋਰੀ ਕੀਤਾ ਜਾਂਦਾ ਹੈ, ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਕੀ ਨਾਮ ਆਪਣਾ ਜੀ? ਭਾਜੀ ਮੇਰਾ ਨਾਮ ਅਨੁਜ ਮਹਾਜਨ। ਹਾਂਜੀ ਅਨੁਜ ਮਹਾਜਨ। ਹਾਂ ਸਰ, ਕੀ ਗੱਲ ਕੀ ਹੋਈ ਰਾਤੀ ਜਿਹੜੀ? ਭਾਜੀ ਰਾਤੀ ਕੋਈ ਤਕਰੀਬਨ 1:30 ਵਜੇ ਦੀ ਗੱਲ ਹੈਗੀ ਹੈ। ਉਹਦੇ 'ਚ ਕੀ ਹੈਗਾ ਕਿ ਕੋਈ ਮੈਂ 1:30 ਵਜੇ ਖੜਾਕ ਜਿਹਾ ਹੋਇਆ, ਮੈਂ ਬਾਹਰ ਨਿਕਲਿਆ, ਮੈਨੂੰ ਲੱਗਿਆ ਕਿ ਮੈਂ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਇੱਥੇ ਕਿਰਾਏ 'ਤੇ, ਅਤੇ ਉਹ ਜਦੋਂ ਖੜਾਕ ਜਿਹਾ ਹੋਇਆ ਮੈਨੂੰ ਲੱਗਿਆ ਸ਼ਾਇਦ ਕੋਈ ਉੱਪਰ ਹੀ ਅੰਦਰ ਆ ਗਿਆ। ਫਿਰ ਮੈਂ ਉੱਠਿਆ, ਮੈਂ ਦੇਖਿਆ 2 ਮਤਲਬ ਉੱਥੇ ਦੀ ਐਂਟਰੈਂਸ ਹੈਗੀਆਂ ਉੱਪਰ ਦੀਆਂ, ਅਤੇ ਦੋਵੇਂ ਪਾਸੇ ਮੈਂ ਦੇਖਿਆ ਇੰਟੈਕਟ ਸੀਗਾ, ਕੋਈ ਮਤਲਬ ਟੁੱਟਿਆ ਹੋਇਆ ਕੁਛ ਨਹੀਂ ਸੀਗਾ, ਅਤੇ ਅੰਦਰ ਐਂਟਰੀ ਦਾ ਕੋਈ ਵੀ ਮੈਨੂੰ ਲੱਭਿਆ ਨਹੀਂ ਕਿ ਕੁਛ ਹੈਗਾ ਵੈ। ਫਿਰ ਮੈਂ ਨਾ ਜਿਹੜਾ ਮੇਨ ਐਂਟਰੈਂਸ ਹੈਗੀ ਉੱਧਰ ਖੋਲ੍ਹਣ ਲੱਗਾ, ਅਤੇ ਉਹ ਬਾਹਰੋਂ ਭਾਅ ਜੀ ਕੁੰਡਾ ਲੱਗਿਆ ਹੋਇਆ ਸੀਗਾ, ਉਹ ਜਾਲੀ ਦਾ ਦਰਵਾਜ਼ਾ ਹੈਗਾ ਵੈ। ਅਤੇ ਮੈਂ ਜਦੋਂ ਉੱਧਰ ਦੇਖਿਆ ਬਾਹਰ ਸਾਰਾ, ਅਤੇ ਥੱਲੇ ਨਾ ਮੈਨੂੰ 1-2 ਬੰਦੇ ਮਤਲਬ ਇੱਦਾਂ ਲੱਭੇ ਕਿ ਜਿਵੇਂ ਕੋਈ ਹੈਗਾ ਵੈ ਬਾਹਰ ਗਲੀ ਦੇ ਵਿੱਚ ਨਜ਼ਰ ਪਈ ਜਿਹੜੀ ਪਈ ਮੇਰੀ। ਫਿਰ ਨਾ ਪਿੱਛੇ ਇੱਥੇ ਗੌਰਵ ਵਾਲੀਆ ਕਰਕੇ ਹੈਗੇ, ਮੈਂ ਉਹਨਾਂ ਨੂੰ ਫੋਨ ਕੀਤਾ ਰਾਤੀ, ਅਤੇ ਉਹ ਵੀ ਬਾਈ ਚਾਂਸ ਜਾਗ ਰਹੇ ਸੀਗੇ, ਅਤੇ ਉਹਨਾਂ ਨੇ ਫੋਨ ਚੁੱਕਿਆ ਅਤੇ ਕਹਿੰਦੇ ਇੱਦਾਂ। ਫਿਰ ਮੈਂ ਗੱਲ ਕੀਤੀ, ਅਤੇ ਫਿਰ ਉਸੇ ਵੇਲੇ ਭਾਅ ਜੀ ਮੈਂ ਫੋਨ ਨੰਬਰ 'ਤੇ ਫੋਨ ਕਰਤਾ, ਜਿੱਥੋਂ ਮੈਨੂੰ ਈਵਨ ਉਹਨਾਂ ਨੇ ਪੂਰਾ ਆਪਣੀ ਰਿਪੋਰਟ ਲਿਖੀ, ਜੋ ਵੀ ਮੈਂ ਲਿਖਾਇਆ ਪੂਰਾ ਐਡਰੈਸ ਲਿਖਾਇਆ ਸਾਰਾ ਉੱਥੇ। ਫਿਰ ਉਹਨਾਂ ਦਾ ਮੈਨੂੰ ਇਮੀਡੀਏਟਲੀ ਮਤਲਬ ਤਕਰੀਬਨ 5-7 ਮਿੰਟ ਦੇ ਵਿੱਚ ਮੈਨੂੰ ਫੋਨ ਆ ਗਿਆ ਲੋਕਲ ਤੋਂ, ਮੁਕੇਰੀਆਂ ਤੋਂ, ਕਿ ਜਿਹੜੇ ਪੈਟਰੋਲਿੰਗ 'ਚ ਹੋਣਗੇ ਜਾਂ ਥਾਣੇ ਤੋਂ, ਜਿੱਥੋਂ ਵੀ ਫੋਨ ਆਇਆ ਮੈਨੂੰ ਉਸੇ ਵੇਲੇ ਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਉਹ ਕਿਤੇ ਲੱਗੇ ਕਿਤੇ ਪਿੰਡ ਦੇ ਵਿੱਚ ਸੀਗੇ ਕਿਤੇ ਨਾ, ਉਹਨਾਂ ਨੇ ਮੈਂ ਕਿਹਾ, ਉਹਨਾਂ ਨੇ ਕਿਹਾ ਅਸੀਂ ਇੱਥੋਂ ਚੱਲ ਪਏ ਹਾਂ, ਪੁੱਜਣ ਦਾ ਟਾਈਮ ਲੱਗੂਗਾ। ਤਕਰੀਬਨ ਉਹਨਾਂ ਨੂੰ ਮੇਰੇ ਖਿਆਲ ਕੋਈ 25-30 ਮਿੰਟ ਲੱਗ ਗਏ ਹੋਣਗੇ, ਜਾਂ 35 ਮਿੰਟ ਵੀ ਹੋ ਸਕਦੇ, ਇੱਥੇ ਆਉਂਦੇ ਉਹਨਾਂ ਨੂੰ ਲੱਗ ਗਏ ਸੀਗੇ।
ਇਨ ਬਿਟਵੀਨ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਗੌਰਵ ਵਾਲੀਆ ਜੀ ਦੇ ਘਰ ਉੱਧਰ ਵੀ ਉਹ ਗਏ ਹੈਗੇ ਨੇ, ਉਹਨਾਂ ਨੇ ਉਹਨਾਂ ਦਾ ਵੀ ਕੈਮਰਾ ਤੋੜਿਆ ਹੈਗਾ ਅਤੇ ਉੱਧਰ ਵੀ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਫਿਰ ਇਨ ਬਿਟਵੀਨ ਉਹਦੇ ਉੱਪਰ ਮੈਂ ਲੋਕ ਸੀਗਾ ਜੀ, ਸਾਰੇ ਲੋਕ ਹੋ ਗਏ ਹੋਏ ਸੀਗੇ ਉੱਪਰ, ਅਤੇ ਫਿਰ ਨਜ਼ਰ ਪਈ ਹੈ ਪਿੱਛੇ ਕੋਈ ਤਕਰੀਬਨ ਮੇਰੇ ਖਿਆਲ 5-6 ਬੰਦੇ ਸੀਗੇ ਅਤੇ ਸਾਡੇ ਫਰੈਂਡ ਹੈਗੇ, ਇਹਨਾਂ ਦੀ 2 ਬਾਈਕ ਸੀਗੀਆਂ, ਇੱਕ SS ਅਤੇ ਇੱਕ ਮੋਟਰਸਾਈਕਲ ਹੈਗਾ ਉਹ ਚੋਰੀ ਹੋਇਆ ਵੈ। ਅਤੇ ਉਸ ਤੋਂ ਇਲਾਵਾ ਥਰੈਟਨਿੰਗ ਵੀ ਸੀਗਾ, 5-6 ਬੰਦੇ ਤੁਸੀਂ ਕੀ ਕਰ ਲੂੰਗੇ ਉੱਥੇ। ਮੈਂ 1:30 ਦੇ ਆਲੇ ਦੁਆਲੇ ਦੀ ਹੈਗੀ ਹੈ, 1:30 ਤੋਂ ਮਤਲਬ 1-2 ਵਜੇ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਜੋ ਸਾਰਾ ਇਹ ਗੱਲਬਾਤ ਦੀ। ਕਿੰਨੇ ਬੰਦੇ ਲਗਭਗ ਲੱਗਦੇ ਤੁਹਾਨੂੰ ਨਜ਼ਰ ਆ ਰਹੇ ਆ ਕਿ? ਮੈਨੂੰ ਮੇਰੇ ਹਿਸਾਬ ਨਾਲ ਜਦੋਂ ਮੈਂ ਦੌੜਦੇ ਜਾਂ ਗੱਡੀਆਂ 'ਤੇ ਦੌੜਦੇ ਦੇਖਿਆ ਉਹ 5-6 ਬੰਦੇ ਸੀਗੇ, ਬਟ ਜਿਹੜੀ ਫੁਟੇਜ ਆਪਣਾ ਗੌਰਵ ਵਾਲੀਆ ਜੀ ਕੋਲ ਹੈਗੀ ਹੈ ਉਹ 7-8 ਬੰਦੇ ਉਹਦੇ 'ਚ ਨਜ਼ਰ ਆ ਰਹੇ ਆ। ਕੀ ਸਮਾਨ ਕੀ ਲੈ ਕੇ ਗਏ ਆ? ਸਮਾਨ ਇਹਨਾਂ ਦਾ ਸੋਨੂ ਭਾਈ ਦਾ ਲੈ ਗਏ ਹੈਗੇ, ਇੱਕ ਮੋਟਰਸਾਈਕਲ ਹੈਗਾ ਅਤੇ ਇੱਕ SS ਹੈਗੀ ਹੈ ਉਹ ਲੈ ਕੇ ਗਏ ਆ। ਅਤੇ ਬਾਕੀ ਕੁਛ ਇੱਥੋਂ ਕੁਛ ਜਿਹੜਾ ਆਪਾਂ ਦੇਖਿਆ ਹੈਗਾ ਇੱਥੇ ਕੁਛ ਕੰਬਲ ਵਗੈਰਾ ਚੁੱਕ ਕੇ ਲੈ ਗਏ ਹੋਏ ਆ, ਸਾਰਾ ਵਿਖਰਿਆ ਹੋਇਆ। ਅਤੇ ਉਹ ਕੁਛ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਅਜੇ ਨਜ਼ਰ 'ਚ ਨਹੀਂ ਆ ਰਹੀਆਂ, ਜਿਹੜੀਆਂ ਸਾਨੂੰ ਪਤਾ ਚੱਲਦੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ। ਹੁਣ ਤੱਕ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਆ ਕੇ ਖਬਰਦਾਰ ਲਈ? ਦੇਖੋ ਜੀ ਰਾਤੀ ਆਏ ਹੈਗੇ ਆ ਅਤੇ ਸਵੇਰੇ ਅਸੀਂ 10 ਵਜੇ ਅਸੀਂ ਰਿਪੋਰਟ ਰਖਾਏ ਆ, 10 ਵਜੇ ਗਏ ਹਾਂ ਮੇਰੇ ਖਿਆਲ, ਫਿਰ ਅਸੀਂ ਰਿਪੋਰਟ ਸਾਰੀ ਬਣਵਾਈ, ਰਿਪੋਰਟ ਵਗੈਰਾ ਜਿੱਦਾਂ ਸਾਰਾ ਕਰਕੇ ਜਮ੍ਹਾਂ ਕਰਵਾਈ ਹੈ ਮੇਰੇ ਖਿਆਲ 11:30-11 ਵਜੇ ਦੇ ਆਲੇ ਦੁਆਲੇ ਆਪਾਂ ਜਮ੍ਹਾਂ ਕਰਵਾਤੀ ਹੋਣੀ ਹੈ। ਅਤੇ ਉਸ ਤੋਂ ਬਾਅਦ ਦੇਖੋ ਜੀ ਅਸੀਂ ਅਪਰੋਚ ਕਰ ਰਹੇ ਹਾਂ, ਹਜੇ ਤਾਂ ਕੋਈ ਨਹੀਂ ਆਇਆ। ਉਸ ਤੋਂ ਬਾਅਦ ਮੰਗ ਕੀ ਹੈ ਜੀ? ਫਟਾਫਟ ਸਾਰਿਆਂ ਦੀ ਜਿਹੜੀ ਹੈਗੀ ਇਹਨਾਂ ਦੀ ਪਕੜ ਕੀਤੀ ਜਾਵੇ, ਜੋ ਕਿ ਸਾਨੂੰ ਰਾਤੀ ਪੁਲਿਸ ਵਾਲੇ ਭਾਈ ਸਾਹਿਬ ਆਏ ਸੀ ਉਹ ਵੀ ਦੱਸ ਰਹੇ ਸੀਗੇ ਕਿ ਹੋਰ ਵੀ ਵਾਰਦਾਤਾਂ ਹੋ ਰਹੀਆਂ। ਦੇਖੋ ਹਜੇ ਤਾਂ ਇਹ ਹੈ ਕੱਲ੍ਹ ਨੂੰ ਇਹ ਥਰੈਟਨਿੰਗ ਵੀ ਹੋ ਸਕਦਾ, ਕਿਸੇ 'ਤੇ ਅਟੈਕ ਹੋ ਸਕਦੇ ਹੈ, ਕਿਸੇ ਨੂੰ ਕੱਲ੍ਹ ਨੂੰ ਜਾਨ ਮਾਨ ਦਾ ਲੋਸ ਹੋ ਜਾਵੇ, ਕੌਣ ਉਹਦਾ ਜ਼ਿੰਮੇਵਾਰ ਹੈ, ਜਾਨ ਦਾ ਕੌਣ ਜ਼ਿੰਮੇਵਾਰ ਹੋਏਗਾ ਕੱਲ੍ਹ? ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਹਾਂ, ਕੀ ਗੱਲ ਹੋਈ ਰਾਤੀ? ਰਾਤੀ ਸਰ ਇੱਦਾਂ ਕਿ ਮੇਰਾ ਨਾ ਰੋਡ ਦੇ ਉੱਪਰ ਹੀ ਕਾਲਾ ਮਾਂ ਜੀ ਕੋਠੀ ਸੇਲ ਪਰਚੇਜ਼ ਦਾ ਕੰਮ ਹੈ 2-wheeler ਦਾ, ਹੈ ਨਾ। ਰਾਤ ਨੂੰ ਮਤਲਬ ਕਿ ਮੈਂ 2 ਗੱਡੀਆਂ ਇੱਥੇ ਪਾਰਕ ਕੀਤੀਆਂ ਸੀਗੀਆਂ ਆਪਣੇ ਇੱਥੇ ਜਿੱਥੇ ਵਾਰਦਾਤ ਨੂੰ ਅੰਜਾਮ ਮਿਲਿਆ, ਹੈ ਨਾ। ਅਤੇ ਰਾਤੀ 1:30 ਵਜੇ ਨਾ ਮੈਨੂੰ ਮਾਇਨ ਸਾਹਿਬ ਦਾ ਫੋਨ ਆਇਆ ਅਨੂ ਜੀ ਦਾ ਕਿ ਇੱਦਾਂ ਦਾ ਕਰਕੇ ਨਾ ਮਤਲਬ ਕੋਈ ਬੰਦੇ ਇੱਥੇ ਮਤਲਬ ਚੋਰੀ ਕਰਨ ਆਏ ਆ, ਹੈ ਨਾ। ਫਿਰ ਮੈਂ ਮਤਲਬ ਜਦ ਤੱਕ ਮੈਂ ਪੁੱਜਿਆ ਸੀ ਉਦੋਂ ਤੱਕ ਸਾਰੀ ਵਾਰਦਾਤ ਵਗੈਰਾ ਹੋ ਚੁੱਕੀ ਸੀ, ਹੈ ਨਾ। ਮੇਰੀ ਪ੍ਰਸ਼ਾਸਨ ਤੋਂ ਸਰ ਇਹੀ ਮੰਗ ਹੈ ਕਿ ਮੇਰੇ ਜਿਹੜੇ ਗੁਆਚੇ ਵਹੀਕਲ ਹੈ, ਇੱਕ ਸਕੂਟੀ ਸੀਗੀ ਜੀ ਆਪਣੇ SS 2023 ਮਾਡਲ, ਇੱਕ ਮੋਟਰਸਾਈਕਲ ਸੀਗਾ ਜੀ 2022 ਮਾਡਲ, ਹੈ ਨਾ। ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਉਹ ਸਾਨੂੰ ਮਤਲਬ ਜਲਦ ਤੋਂ ਜਲਦ ਇਹਨਾਂ ਵਿਰੁੱਧ ਕਾਰਵਾਈ ਹੋਵੇ ਚੋਰਾਂ ਦੇ ਵਿਰੁੱਧ, ਅਤੇ ਜਲਦ ਤੋਂ ਜਲਦ ਮਤਲਬ ਕਿ ਉਹ ਸਾਨੂੰ ਸਾਡੇ ਮਤਲਬ ਵਹੀਕਲ ਵਾਪਸ ਮਿਲ ਜਾਣ, ਹੈ ਨਾ। ਇਸ ਮੁੱਦੇ 'ਤੇ ਆਪਾਂ ਸਵੇਰੇ ਰਿਪੋਰਟ ਲਿਖਵਾਉਣ ਵੀ ਗਏ ਜੀ ਇਹਨਾਂ ਕੋਲ, 10 ਵਜੇ ਦੇ ਕਰੀਬ ਆਪਾਂ ਰਿਪੋਰਟ ਲਿਖਵਾਈ, ਮੈਂ ਅਤੇ ਅਨੂ ਜੀ ਮਾਇਨ ਸਾਹਿਬ ਨਾਲ ਮੇਰੇ ਗਏ। ਅਤੇ ਉੱਥੇ ਮਤਲਬ ਇਹਨਾਂ ਨੇ ਸਾਨੂੰ ਕਿਹਾ ਕਿ ਥੋੜ੍ਹੀ ਦੇਰ ਤੱਕ ਅਸੀਂ ਮਤਲਬ ਮੌਕੇ 'ਤੇ ਉੱਥੇ ਪੁੱਜ ਰਹੇ ਹਾਂ, ਅਤੇ ਤੁਸੀਂ ਮਤਲਬ ਆਪਣੀ ਮਤਲਬ ਤੁਸੀਂ ਪੁੱਜੋ, ਅਸੀਂ ਤੁਹਾਡੇ ਕੋਲ ਆ ਗਏ ਹਾਂ। ਪਰ ਸਰ ਹੁਣ ਲਗਭਗ 4:30 ਵਜੇ ਦਾ ਟਾਈਮ ਹੋ ਗਿਆ ਆ, ਮਤਲਬ 11 ਵਜੇ ਤੋਂ ਲੈ ਕੇ 4:30 ਵਜੇ ਤੱਕ ਸਾਡੇ ਕੋਲ ਹਜੇ ਤੱਕ ਕੋਈ ਨਹੀਂ ਆਇਆ। ਅਤੇ ਮੈਂ ਇਹੀ ਮੰਗ ਕਰਦਾ ਕਿ ਪੁਲਿਸ ਆਪਣੀ ਜੋ ਬਣਦੀ ਕਾਰਵਾਈ ਕਰੇ ਅਤੇ ਸਾਨੂੰ ਮਤਲਬ ਇਨਸਾਫ਼ ਦਿੱਤਾ ਜਾਵੇ ਜੀ। ਠੀਕ ਹੈ।